ਇਹ DSP ਜੀਰਾ ਦੀ ਗੱਡੀ ਹੈ ਜਿਹਦੇ 'ਚ ਮੈਨੂੰ ਗ੍ਰਿਫਤਾਰ ਕੀਤਾ। ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਜਿਹੜੀ ਵੀਡੀਓ ਭੇਜ ਰਿਹਾ ਕਿ ਦਾਰੂ ਦਾ ਜ਼ਖੀਰਾ ਔਰ ਨਸ਼ੇ ਨਾਲ ਹਮੇਸ਼ਾ ਦਾਰੂ ਨਾਲ ਜਿਹੜਾ ਟੁੰਨ ਰਹਿੰਦਾ। ਘੱਟੋ ਘੱਟ 8-10 ਬੋਤਲਾਂ ਇਹਦੀ ਗੱਡੀ ਦੇ ਵਿੱਚੋਂ ਜਿਹੜੀਆਂ ਸੀ, ਜਿਹੜੀਆਂ ਮੈਂ ਡਿੱਗੀ 'ਚ ਰਖਾਈਆਂ। ਮੈਂ ਕਿਹਾ ਅੱਜ ਸੰਗਰਾਂਦ ਦਾ ਦਿਹਾੜਾ, ਮੈਂ ਬਾਬਾ ਬੁੱਢਾ ਸਾਹਿਬ ਚੱਲਿਆ ਸੀ, ਇਹਨੂੰ ਕੱਢੋ। ਇਸ ਕਰਕੇ ਇਹ ਹਾਲਾਤ ਤੁਸੀਂ ਵੇਖ ਲਓ। ਅੱਜ ਇਹੋ ਜਿਹੀਆਂ ਜਿਹੜੇ ਇਹਨਾਂ ਦੇ ਜਿਹੜੇ ਜਨਤਕ ਕਰਨੇ ਸੀ, ਜਿਹੜੇ ਚਿੱਠੇ ਮੈਂ ਖੋਲ੍ਹਣੇ ਸੀ, ਤਾਂ ਕਰਕੇ ਮੈਨੂੰ ਸਵੇਰੇ 4:30 ਵਜੇ ਜਦੋਂ ਧੰਨ ਧੰਨ ਬਾਬਾ ਬੁੱਢਾ ਸਾਹਿਬ ਦੇ ਦਰਸ਼ਨਾਂ ਲਈ ਮੈਂ ਜਾ ਰਿਹਾ ਸੀ, ਤਾਂ ਮੈਨੂੰ ਇਹਨਾਂ ਨੇ ਘਰੋਂ ਰੈਸਟ ਕਰ ਲਿਆ। ਕੋਈ ਨਹੀਂ, ਫਿਕਰ ਨਾ ਕਰੋ, ਸਾਰੇ ਜਾਣੇ ਤਕੜੇ ਰਹੋ, ਮੈਂ ਤੁਹਾਡੇ ਨਾਲ ਹਾਂ। ਤੁਹਾਡਾ ਆਸ਼ੀਰਵਾਦ ਅਤੇ ਪਿਆਰ ਚਾਹੀਦਾ ਭਰਾਵਾਂ ਦਾ, ਕੋਈ ਗੱਲ ਨਹੀਂ। ਇਹੋ ਜਿਹੀਆਂ ਜੇਲ੍ਹਾਂ ਤਾਂ ਆਈਆਂ ਅਤੇ ਗਈਆਂ। ਇਹ DSP ਜੀਰਾ ਦੀ ਗੱਡੀ ਹੈ ਜਿਹਦੇ 'ਚ ਮੈਨੂੰ ਗ੍ਰਿਫਤਾਰ ਕੀਤਾ। ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਜਿਹੜੀ ਵੀਡੀਓ ਭੇਜ ਰਿਹਾ ਕਿ ਦਾਰੂ ਦਾ ਜ਼ਖੀਰਾ ਔਰ ਨਸ਼ੇ ਨਾਲ ਹਮੇਸ਼ਾ ਦਾਰੂ ਨਾਲ ਜਿਹੜਾ ਟੁੰਨ ਰਹਿੰਦਾ। ਘੱਟੋ ਘੱਟ 8-10 ਬੋਤਲਾਂ ਇਹਦੀ ਗੱਡੀ ਦੇ ਵਿੱਚੋਂ ਜਿਹੜੀਆਂ ਸੀ, ਜਿਹੜੀਆਂ ਮੈਂ ਡਿੱਗੀ 'ਚ ਰਖਾਈਆਂ। ਮੈਂ ਕਿਹਾ ਅੱਜ ਸੰਗਰਾਂਦ ਦਾ ਦਿਹਾੜਾ, ਮੈਂ ਬਾਬਾ ਬੁੱਢਾ ਸਾਹਿਬ ਚੱਲਿਆ ਸੀ, ਇਹਨੂੰ ਕੱਢੋ। ਇਸ ਕਰਕੇ ਇਹ ਹਾਲਾਤ ਤੁਸੀਂ ਵੇਖ ਲਓ। ਅੱਜ ਇਹੋ ਜਿਹੀਆਂ ਜਿਹੜੇ ਇਹਨਾਂ ਦੇ ਜਿਹੜੇ ਜਨਤਕ ਕਰਨੇ ਸੀ, ਜਿਹੜੇ ਚਿੱਠੇ ਮੈਂ ਖੋਲ੍ਹਣੇ ਸੀ, ਤਾਂ ਕਰਕੇ ਮੈਨੂੰ ਸਵੇਰੇ 4:30 ਵਜੇ ਜਦੋਂ ਧੰਨ ਧੰਨ ਬਾਬਾ ਬੁੱਢਾ ਸਾਹਿਬ ਦੇ ਦਰਸ਼ਨਾਂ ਲਈ ਮੈਂ ਜਾ ਰਿਹਾ ਸੀ, ਤਾਂ ਮੈਨੂੰ ਇਹਨਾਂ ਨੇ ਘਰੋਂ ਰੈਸਟ ਕਰ ਲਿਆ। ਕੋਈ ਨਹੀਂ, ਫਿਕਰ ਨਾ ਕਰੋ, ਸਾਰੇ ਜਾਣੇ ਤਕੜੇ ਰਹੋ, ਮੈਂ ਤੁਹਾਡੇ ਨਾਲ ਹਾਂ। ਤੁਹਾਡਾ ਆਸ਼ੀਰਵਾਦ ਅਤੇ ਪਿਆਰ ਚਾਹੀਦਾ ਭਰਾਵਾਂ ਦਾ, ਕੋਈ ਗੱਲ ਨਹੀਂ। ਇਹੋ ਜਿਹੀਆਂ ਜੇਲ੍ਹਾਂ ਤਾਂ ਆਈਆਂ ਅਤੇ ਗਈਆਂ। ਇਹ DSP ਜੀਰਾ ਦੀ ਗੱਡੀ ਹੈ ਜਿਹਦੇ 'ਚ ਮੈਨੂੰ ਗ੍ਰਿਫਤਾਰ ਕੀਤਾ। ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਜਿਹੜੀ ਵੀਡੀਓ ਭੇਜ ਰਿਹਾ ਕਿ ਦਾਰੂ ਦਾ ਜ਼ਖੀਰਾ ਔਰ ਨਸ਼ੇ ਨਾਲ ਹਮੇਸ਼ਾ ਦਾਰੂ ਨਾਲ ਜਿਹੜਾ ਟੁੰਨ ਰਹਿੰਦਾ। ਘੱਟੋ ਘੱਟ 8-10 ਬੋਤਲਾਂ ਇਹਦੀ ਗੱਡੀ ਦੇ ਵਿੱਚੋਂ ਜਿਹੜੀਆਂ ਸੀ, ਜਿਹੜੀਆਂ ਮੈਂ ਡਿੱਗੀ 'ਚ ਰਖਾਈਆਂ। ਮੈਂ ਕਿਹਾ ਅੱਜ ਸੰਗਰਾਂਦ ਦਾ ਦਿਹਾੜਾ, ਮੈਂ ਬਾਬਾ ਬੁੱਢਾ ਸਾਹਿਬ ਚੱਲਿਆ ਸੀ, ਇਹਨੂੰ ਕੱਢੋ। ਇਸ ਕਰਕੇ ਇਹ ਹਾਲਾਤ ਤੁਸੀਂ ਵੇਖ ਲਓ। ਅੱਜ ਇਹੋ ਜਿਹੀਆਂ ਜਿਹੜੇ ਇਹਨਾਂ ਦੇ ਜਿਹੜੇ ਜਨਤਕ ਕਰਨੇ ਸੀ, ਜਿਹੜੇ ਚਿੱਠੇ ਮੈਂ ਖੋਲ੍ਹਣੇ ਸੀ, ਤਾਂ ਕਰਕੇ ਮੈਨੂੰ ਸਵੇਰੇ 4:30 ਵਜੇ ਜਦੋਂ ਧੰਨ ਧੰਨ ਬਾਬਾ ਬੁੱਢਾ ਸਾਹਿਬ ਦੇ ਦਰਸ਼ਨਾਂ ਲਈ ਮੈਂ ਜਾ ਰਿਹਾ ਸੀ, ਤਾਂ ਮੈਨੂੰ ਇਹਨਾਂ ਨੇ ਘਰੋਂ ਰੈਸਟ ਕਰ ਲਿਆ। ਕੋਈ ਨਹੀਂ, ਫਿਕਰ ਨਾ ਕਰੋ, ਸਾਰੇ ਜਾਣੇ ਤਕੜੇ ਰਹੋ, ਮੈਂ ਤੁਹਾਡੇ ਨਾਲ ਹਾਂ। ਤੁਹਾਡਾ ਆਸ਼ੀਰਵਾਦ ਅਤੇ ਪਿਆਰ ਚਾਹੀਦਾ ਭਰਾਵਾਂ ਦਾ, ਕੋਈ ਗੱਲ ਨਹੀਂ। ਇਹੋ ਜਿਹੀਆਂ ਜੇਲ੍ਹਾਂ ਤਾਂ ਆਈਆਂ ਅਤੇ ਗਈਆਂ। ਇਹ DSP ਜੀਰਾ ਦੀ ਗੱਡੀ ਹੈ ਜਿਹਦੇ 'ਚ ਮੈਨੂੰ ਗ੍ਰਿਫਤਾਰ ਕੀਤਾ। ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਜਿਹੜੀ ਵੀਡੀਓ ਭੇਜ ਰਿਹਾ ਕਿ ਦਾਰੂ ਦਾ ਜ਼ਖੀਰਾ ਔਰ ਨਸ਼ੇ ਨਾਲ ਹਮੇਸ਼ਾ ਦਾਰੂ ਨਾਲ ਜਿਹੜਾ ਟੁੰਨ ਰਹਿੰਦਾ। ਘੱਟੋ ਘੱਟ 8-10 ਬੋਤਲਾਂ ਇਹਦੀ ਗੱਡੀ ਦੇ ਵਿੱਚੋਂ ਜਿਹੜੀਆਂ ਸੀ, ਜਿਹੜੀਆਂ ਮੈਂ ਡਿੱਗੀ 'ਚ ਰਖਾਈਆਂ। ਮੈਂ ਕਿਹਾ ਅੱਜ ਸੰਗਰਾਂਦ ਦਾ ਦਿਹਾੜਾ, ਮੈਂ ਬਾਬਾ ਬੁੱਢਾ ਸਾਹਿਬ ਚੱਲਿਆ ਸੀ, ਇਹਨੂੰ ਕੱਢੋ। ਇਸ ਕਰਕੇ ਇਹ ਹਾਲਾਤ ਤੁਸੀਂ ਵੇਖ ਲਓ। ਅੱਜ ਇਹੋ ਜਿਹੀਆਂ ਜਿਹੜੇ ਇਹਨਾਂ ਦੇ ਜਿਹੜੇ ਜਨਤਕ ਕਰਨੇ ਸੀ, ਜਿਹੜੇ ਚਿੱਠੇ ਮੈਂ ਖੋਲ੍ਹਣੇ ਸੀ, ਤਾਂ ਕਰਕੇ ਮੈਨੂੰ ਸਵੇਰੇ 4:30 ਵਜੇ ਜਦੋਂ ਧੰਨ ਧੰਨ ਬਾਬਾ ਬੁੱਢਾ ਸਾਹਿਬ ਦੇ ਦਰਸ਼ਨਾਂ ਲਈ ਮੈਂ ਜਾ ਰਿਹਾ ਸੀ, ਤਾਂ ਮੈਨੂੰ ਇਹਨਾਂ ਨੇ ਘਰੋਂ ਰੈਸਟ ਕਰ ਲਿਆ। ਕੋਈ ਨਹੀਂ, ਫਿਕਰ ਨਾ ਕਰੋ, ਸਾਰੇ ਜਾਣੇ ਤਕੜੇ ਰਹੋ, ਮੈਂ ਤੁਹਾਡੇ ਨਾਲ ਹਾਂ। ਤੁਹਾਡਾ ਆਸ਼ੀਰਵਾਦ ਅਤੇ ਪਿਆਰ ਚਾਹੀਦਾ ਭਰਾਵਾਂ ਦਾ, ਕੋਈ ਗੱਲ ਨਹੀਂ। ਇਹੋ ਜਿਹੀਆਂ ਜੇਲ੍ਹਾਂ ਤਾਂ ਆਈਆਂ ਅਤੇ ਗਈਆਂ। ਇਹ DSP ਜੀਰਾ ਦੀ ਗੱਡੀ ਹੈ ਜਿਹਦੇ 'ਚ ਮੈਨੂੰ ਗ੍ਰਿਫਤਾਰ ਕੀਤਾ। ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਜਿਹੜੀ ਵੀਡੀਓ ਭੇਜ ਰਿਹਾ ਕਿ ਦਾਰੂ ਦਾ ਜ਼ਖੀਰਾ ਔਰ ਨਸ਼ੇ ਨਾਲ ਹਮੇਸ਼ਾ ਦਾਰੂ ਨਾਲ ਜਿਹੜਾ ਟੁੰਨ ਰਹਿੰਦਾ। ਘੱਟੋ ਘੱਟ 8-10 ਬੋਤਲਾਂ ਇਹਦੀ ਗੱਡੀ ਦੇ ਵਿੱਚੋਂ ਜਿਹੜੀਆਂ ਸੀ, ਜਿਹੜੀਆਂ ਮੈਂ ਡਿੱਗੀ 'ਚ ਰਖਾਈਆਂ। ਮੈਂ ਕਿਹਾ ਅੱਜ ਸੰਗਰਾਂਦ ਦਾ ਦਿਹਾੜਾ, ਮੈਂ ਬਾਬਾ ਬੁੱਢਾ ਸਾਹਿਬ ਚੱਲਿਆ ਸੀ, ਇਹਨੂੰ ਕੱਢੋ। ਇਸ ਕਰਕੇ ਇਹ ਹਾਲਾਤ ਤੁਸੀਂ ਵੇਖ ਲਓ। ਅੱਜ ਇਹੋ ਜਿਹੀਆਂ ਜਿਹੜੇ ਇਹਨਾਂ ਦੇ ਜਿਹੜੇ ਜਨਤਕ ਕਰਨੇ ਸੀ, ਜਿਹੜੇ ਚਿੱਠੇ ਮੈਂ ਖੋਲ੍ਹਣੇ ਸੀ, ਤਾਂ ਕਰਕੇ ਮੈਨੂੰ ਸਵੇਰੇ 4:30 ਵਜੇ ਜਦੋਂ ਧੰਨ ਧੰਨ ਬਾਬਾ ਬੁੱਢਾ ਸਾਹਿਬ ਦੇ ਦਰਸ਼ਨਾਂ ਲਈ ਮੈਂ ਜਾ ਰਿਹਾ ਸੀ, ਤਾਂ ਮੈਨੂੰ ਇਹਨਾਂ ਨੇ ਘਰੋਂ ਰੈਸਟ ਕਰ ਲਿਆ। ਕੋਈ ਨਹੀਂ, ਫਿਕਰ ਨਾ ਕਰੋ, ਸਾਰੇ ਜਾਣੇ ਤਕੜੇ ਰਹੋ, ਮੈਂ ਤੁਹਾਡੇ ਨਾਲ ਹਾਂ। ਤੁਹਾਡਾ ਆਸ਼ੀਰਵਾਦ ਅਤੇ ਪਿਆਰ ਚਾਹੀਦਾ ਭਰਾਵਾਂ ਦਾ, ਕੋਈ ਗੱਲ ਨਹੀਂ। ਇਹੋ ਜਿਹੀਆਂ ਜੇਲ੍ਹਾਂ ਤਾਂ ਆਈਆਂ ਅਤੇ ਗਈਆਂ।